ਹਾਈ ਕੋਰਟ ਦੀਆਂ ਸਖ਼ਤ ਟਿੱਪਣੀਆਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਵੀ ਬੋਲੇ ਨੇ। ਕਿਸਾਨ ਲੀਡਰ ਉਗਰਾਹਾਂ ਮੁਤਾਬਕ ਹਾਈ ਕੋਰਟ ਨੂੰ ਇਸ 'ਤੇ ਟਿੱਪਣੀਆਂ ਦਾ ਅਧਿਕਾਰ ਨਹੀਂ। ਉਹਨਾਂ ਕਿਹਾ ਸਰਕਾਰ ਨੇ ਤਸ਼ੱਦਦ ਢਾਇਆ ਕਿਉਂਕਿ ਜਿੱਥੇ ਕਈ ਕਿਸਾਨ ਫੱਟੜ ਹੋਏ ਉੱਥੇ ਹੀ ਇੱਕ ਨੌਜਵਾਨ ਦੀ ਮੌਤ ਹੋ ਗਈ। ਦੇਖੋ, ਕਿਸੇ ਹਾਈ ਕੋਰਟ ਨੇ ਕਿਹੜੀ ਦਿਸ਼ਾ ਦੇ ਵਿੱਚ ਇਹ ਫੈਸਲਾ ਇਹ ਗੱਲ ਕਹੀ ਹੈ, ਇਹ ਨਹੀਂ ਸਮਝ ਆਉਂਦੀ, ਕਿਉਂਕਿ ਇਹੋ ਜਿਹਾ ਤਾਂ ਕੁਛ ਨਹੀਂ। ਸਾਡੀ ਸਮਝ ਮੁਤਾਬਕ ਤਾਂ ਜਿਹੜੀ ਮਤਲਬ ਉੱਥੇ ਇੱਕ ਦਿਨ ਤਾਂ ਹੋਈ ਹੈ, ਉੱਥੇ ਬੱਚੇ ਨੇ ਨੌਜਵਾਨ ਜਾ ਕੇ ਹੁੱਲੜਬਾਜ਼ੀ ਕਰਦੇ ਨੇ, ਕਿਉਂਕਿ ਜਦੋਂ ਇਹੋ ਜਿਹੇ ਇਕੱਠ ਹੁੰਦੇ ਨੇ ਉਹ ਇਹੋ ਜਿਹਾ ਇਕੱਠਾਂ ਦੇ ਵਿੱਚ ਇੱਕ ਹਿੱਸਾ ਹੈ ਜਿਹੜਾ ਚਲਾ ਜਾਂਦਾ ਹੈ, ਬਾਰਕੇਬਾਜ਼ ਜਿਹੜਾ ਨੌਜਵਾਨੀ ਦਾ ਹਿੱਸਾ ਗੁੰਮਰਾਹ ਹੋਇਆ ਹੁੰਦਾ, ਲੰਮੀਆਂ ਤੱਥਾਂ ਅਤੇ ਪਿੱਛੀਆਂ ਤਕਰੀਰਾਂ ਨਾਲ ਚਲਾ ਜਾਂਦਾ, ਇਸ ਤਰ੍ਹਾਂ ਨਾਲ ਚਲਾ ਜਾਂਦਾ। ਕੋਈ ਇਸ ਤਰ੍ਹਾਂ ਦੀ ਕੋਈ ਕ੍ਰਿਮੀਨਲ ਕਿਸਮ ਦੇ ਬੰਦੇ ਉੱਥੇ ਗਏ ਹੋਣ, ਕੋਈ ਇਹੋ ਜਿਹਾ ਕੁਛ ਹੋਵੇ, ਇਹੋ ਜਿਹਾ ਤਾਂ ਕੁਛ ਦੇਖਣ ਨੂੰ ਨਹੀਂ ਮਿਲਿਆ। ਅਤੇ ਹਾਈ ਕੋਰਟ ਦੀ ਟਿੱਪਣੀ ਨਾਲ ਇਹ ਮਤਲਬ ਇਹ ਬਣਦਾ ਵੀ ਕਿਸਾਨ ਲੋਕ ਜਿਹੜੇ ਆਗੂ ਨੇ ਉਹ ਇਹੋ ਜਿਹਾ ਕੁਛ ਚਾਹੁੰਦੇ ਨੇ, ਜਿਹੋ ਜਿਹਾ ਕੁਛ ਚਾਹੁੰਦੇ ਫਿਰ ਉਹ ਜਾਂਦੇ, ਉਹ ਤਾਂ ਬੈਠੇ ਕਿਉਂ ਸਰਹੰਦਾਂ 'ਤੇ, ਕਿੱਦਾਂ ਉਹ ਗਾਹਾਂ ਜਾਂਦੇ। ਜਦੋਂ ਸਰਕਾਰ ਦੀ ਇਰਾਦੇ ਦਾ ਪਤਾ ਲੱਗ ਗਿਆ ਵੀ ਸਰਕਾਰ ਇੱਥੇ ਤੱਕ ਆ ਗਈ ਵੀ ਗਾਹਾਂ ਨਹੀਂ ਜਾਣ ਦਿੰਦੀ, ਸਖ਼ਤਾਈ ਕਰਦੀ ਹੈ, ਪੱਥਰ ਗੋਲੀਆਂ ਮਾਰ ਕੇ ਜ਼ਖਮੀ ਕੀਤਾ, ਇੱਕ ਬੰਦਾ ਸ਼ਹੀਦ ਵੀ ਹੋ ਗਿਆ, ਉਹਨਾਂ ਹਾਲਤਾਂ ਦੇ ਵਿੱਚ ਉਹ ਉੱਥੇ ਬੈਠੇ ਨੇ, ਉਹਨਾਂ ਦਾ ਜ਼ਰੂਰੀ ਹੱਕ ਹੈ ਬੈਠਣ 'ਤੇ। ਇਹ 'ਤੇ ਤਾਂ ਸਰਕਾਰ ਨੂੰ ਜਾਂ ਹਾਈ ਕੋਰਟ ਨੂੰ ਕੋਈ ਟਿੱਪਣੀ ਕਰਨ ਦਾ ਅਧਿਕਾਰ ਨਹੀਂ।